रात के 12:30 बज चुके थे। नीलकंठ अस्पताल में अफरा तफरी मची थी। इंटेंसिव केयर में 2 मेडिकल ऑफिसर मरीजों के परिजनों से कह रहे थे कि हमारे पास ऑक्सीजन खत्म होने वाली है, इसलिए मरीजों को यहां से ले जाएं। यह सुनते ही परिजनों के पांवों तले जमीन खिसक गई। डॉक्टरों ने साफ कहा कि ऑक्सीजन कहीं से नहीं मिली, हमारे लिए मरीजों की जान बचाना मुश्किल हो जाएगा। परिजन भी ऑक्सीजन का प्रबंध करने में जुट गए। ठीक 1 बजे 80 वर्षीय रामप्यारी ने दम तोड़ दिया। उसकी मौत की खबर सुनकर अन्य मरीजों के परिजन रोने लगे, बुरी तरह सहम गए। कहीं से भी ऑक्सीजन नहीं मिल पा रही थी। इसके बाद 1:30 बजे दूसरी मौत और 3:00 बजते 6 लोगों की जान चली गई। अस्पताल में चीख चीतकार मच गई। 3 अन्य मरीज ऑक्सीजन सपोर्ट पर थे। उनके स्वजन न्यू अमृतसर पहुंचे और गैस सर्विस सेंटर से 13,000 रुपए खर्च कर सिलेंडर ले आए। अंधकार छटने के बाद उजाले की किरण फूटी, पर स्वजनों के लिए यह सवेरा दुखद था। कोरोना संक्रमण ने नहीं, कुव्यवस्था ने इनके अपनों की जान ली थी। ਆਕਸੀਜਨ ਦੀ ਸ਼ਾਰਟੇਜ ਕਰਕੇ ਜੋ ਪਤਾ ਲੱਗਾ ਹੈ, ਸਾਹਿਬ ਨਾਲ ਗੱਲ ਕੀਤੀ, ਡੀ ਸਾਹਿਬ ਬੈਠੇ ਨੇ, ਕਿਸੇ ਨੂੰ ਇਨਫੋਰਮੇਸ਼ਨ ਉਹਨਾਂ ਦਿੱਤੀ ਨਹੀਂ। ਅਤੇ ਮੈਂ ਸਮਝਦਾ ਹੋਸਪਿਟਲ ਦੀ ਅਣਗਹਿਲੀ ਕਰਕੇ ਇਹ ਜਿਹੜੀਆਂ ਡੈਥਸ ਹੋਈਆਂ ਨੇ, ਉਦੋਂ ਬੜਾ ਮਾੜਾ ਕੰਮ ਹੋਇਆ। ਉਹਨਾਂ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਸੀ, ਕਿਉਂਕਿ ਸਰਕਾਰ ਨੇ, ਸੀ ਐੱਮ ਸਾਹਿਬ ਨੇ ਸਾਰੇ ਹੀ ਡਿਪਟੀ ਕਮਿਸ਼ਨਰ ਨੂੰ ਇਹ ਕਿਹਾ ਕਿ ਚਾਹੇ ਸਰਕਾਰੀ ਹੋਸਪਿਟਲ ਆ ਚਾਹੇ ਪ੍ਰਾਈਵੇਟ ਹੋਸਪਿਟਲ ਨੇ, ਸੋ ਜਿਹੜੀਆਂ ਉਹਨਾਂ ਦੀਆਂ ਕੋਈ ਜ਼ਰੂਰਤਾਂ ਨੇ ਉਹਨਾਂ ਨਾਲ ਤੁਸੀਂ ਧਿਆਨ ਰੱਖਣਾ, ਖਾਸ ਕਰਕੇ ਆਕਸੀਜਨ ਜਿਹੜੀ ਆ, ਕਿਉਂਕਿ ਅੱਜ ਜਿਹੜੀ ਕਰੋਨਾ ਦੀ ਇਹ ਬਿਮਾਰੀ ਆ, ਇਹਦਾ ਮੇਨ ਇਲਾਜ ਹੀ ਜਿਹੜੀ ਆ, ਜਿਹੜੇ ਲੈਵਲ 2 ਲੈਵਲ 3 ਦੇ ਪੇਸ਼ੈਂਟ ਨੇ ਉਹਨਾਂ ਨੂੰ ਆਕਸੀਜਨ ਦਾ ਹੋਣਾ ਬੜਾ ਜ਼ਰੂਰੀ ਆ, ਕਿਉਂਕਿ ਉਹ ਹੁੰਦੇ ਹੀ ਆਕਸੀਜਨ 'ਤੇ ਆ। ਸੋ ਇਸ ਕਰਕੇ ਸਰਕਾਰ ਦੀਆਂ, ਸੀਐਮ ਸਾਹਿਬ ਦੀਆਂ ਹਦਾਇਤਾਂ ਨੇ ਕਿ ਕੋਈ ਪ੍ਰਾਈਵੇਟ ਹੋਸਪਿਟਲ ਆ, ਕੋਈ ਵੀ ਸਰਕਾਰੀ ਸਾਡੇ ਹੋਸਪਿਟਲ ਨੇ, ਉਹ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਇਹਨਾਂ ਨੂੰ ਦਿੱਤੀ ਹੈ ਪ੍ਰਸ਼ਾਸਨ ਨੂੰ। ਸੋ ਇਹਨਾਂ ਦੀ ਨੌਲੇਜ 'ਚ ਲਿਆਂਦਾ ਹੀ ਨਹੀਂ ਗਿਆ ਰਾਤੀ, ਜੇ ਹੁੰਦਾ ਸਾਡੇ ਆਪ ਸਰਕਾਰੀ ਹੋਸਪਿਟਲ ਕੱਲ੍ਹ ਮੁਸ਼ਕਿਲ ਆਈ ਆ ਆਕਸੀਜਨ ਦੀ। ਸੋ ਇਹਨਾਂ ਨੂੰ ਵੀ ਜਿਹੜਾ ਨੀਲਕੰਠ ਹੋਸਪਿਟਲ ਆ, ਇਹਨਾਂ ਨੂੰ ਵੀ ਸਾਡੇ ਧਿਆਨ 'ਚ ਲਿਆਉਣਾ ਚਾਹੀਦਾ ਸੀ। ਸਰ 5-10 ਹੋਈਆਂ ਨੇ, 5 ਡੈਥ ਹੋਈਆਂ ਨੇ ਡਿਊ ਟੂ ਨੋਨ ਸਪਲਾਈ ਆਫ ਆਕਸੀਜਨ। ਕਿ ਸਰ ਨੋਨ ਕੋਵਿਡ ਪੇਸ਼ੈਂਟ ਹੈਗਾ ਸਰ, ਉਹ ਪੇਸ਼ੈਂਟ ਬਹੁਤ ਸਿੱਕ ਹੈਗੇ ਸੀ। ਆਪਾਂ ਜਿੰਨੀਆਂ ਨੋਰਮਸ ਹੈਗੀਆਂ ਡਿਪਾਰਟਮੈਂਟ ਦੀਆਂ ਸਾਰੀਆਂ ਪੂਰੀਆਂ ਕੀਤੀਆਂ ਹੋਈਆਂ, 1-1 ਚੀਜ਼ ਦੀ ਫੈਸਿਲਿਟੀ ਅਵੇਲੇਬਲ ਹੈਗੀ ਆ, ਚੈੱਕ ਕੀਤੀ ਜਾ ਸਕਦੀ ਹੈ। ਪਰ ਤੁਸੀਂ ਜਿੱਥੇ ਆਕਸੀਜਨ ਸਪਲਾਈ ਹੋ ਰਹੀ ਹੈ, ਨਾਲ ਹੀ ਬਾਈਪਾਸ ਦੇ ਫੈਕਟਰੀਆਂ 3 ਨੇ, ਉੱਥੇ ਜਾ ਕੇ ਦੇਖ ਲਓ ਕਿ ਕੀ ਹਾਲਤ ਹੈ। ਇੱਕ ਸਿਲੰਡਰ ਵੀ ਨਹੀਂ ਦੇ ਰਹੇ ਸਰ, ਉਹ ਸਾਨੂੰ ਇਹ ਕਾਰਨ ਦੇ ਰਹੇ ਨੇ ਕਿ ਡੀਸੀ ਸਾਹਿਬ ਨੇ ਪੁਲਿਸ ਬੈਠੀ ਹੋਈ ਸਰ, ਉੱਥੇ 3-4 ਗੱਡੀਆਂ ਬੈਠੀਆਂ ਹੋਈਆਂ ਪੁਲਿਸ ਦੀਆਂ ਉੱਥੇ। ਉਹ ਕਹਿੰਦੇ ਕਿ ਸਾਰਾ ਹੀ ਮਾਲ ਜਿਹੜਾ ਸਮਾਨ ਆ ਪਹਿਲਾਂ ਜਾਏਗਾ ਗੁਰੂ ਨਾਨਕ ਦੇਵ ਹੋਸਪਿਟਲ, ਜੇ ਕੋਈ ਸਪੇਅਰ ਹੋਏਗਾ ਤਾਂ ਫਿਰ ਤੁਹਾਨੂੰ ਦਿੱਤਾ ਜਾਏਗਾ, ਜੇ ਉਹ ਸਾਨੂੰ ਨਹੀਂ ਦੇਣਾ ਚਾਹੁੰਦੇ ਤਾਂ ਫਿਰ ਪ੍ਰਾਈਵੇਟ ਹੋਸਪਿਟਲ ਨੂੰ ਬੰਦ ਕਰ ਦੇਣਗੇ, ਤੁਸੀਂ ਆਪਣਾ ਪੇਸ਼ੈਂਟ ਨਹੀਂ ਲੈਣਾ। ਇੱਕ ਟਰੱਕ ਲੈਣ ਵਾਸਤੇ ਕਿਸੇ ਨੇ ਕਿਹਾ ਜੰਮੂ ਅਵੇਲੇਬਿਲਟੀ ਹੈ, ਸਵੇਰ ਦੇ 2 ਬੰਦੇ ਉੱਥੇ ਤੁਰੇ ਹੋਏ ਜੰਮੂ। ਸਰ ਨੋਡਲ ਅਧਿਕਾਰੀ ਸਾਰਿਆਂ ਨੂੰ ਮੇਲਾਂ ਕੀਤੀਆਂ ਗਈਆਂ, ਫੋਨ 'ਤੇ ਫੋਨ ਕੀਤੇ ਗਏ, ਜਿੰਨੀ ਵੀ ਸਿਸਟਮ ਹੈਗੇ ਆਪਾਂ ਸਭ ਨੂੰ ਕਿਹਾ ਗਿਆ, ਪਰ ਕਿਸੇ ਨੇ ਕੋਈ ਸਪੋਰਟ ਨਹੀਂ ਕੀਤੀ। ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਤਾ ਹੈ ਤੋ ਇਸੇ ਸਬਸਕ੍ਰਾਈਬ ਕਰ ਲੇ।